ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਾਰੇ ਠੀਕ ਠਾਕ ਹੋ ਸੋ ਦੋਸਤੋ ਜਿਵੇਂ ਕਿ ਅੱਜ ਗੱਲ ਕਰਾਂਗੇ ਆਪਾਂ ਲੋਕਡਾਊਨ ਦੀ ਕੀ ਗੱਲ ਲੋਕਡਾਊਨ ਬੁੱਲ ਗਏ ਸਾਰੇ ਸੋ ਜੇ ਭੁੱਲ ਗਈ ਭੁੱਲ ਵੀ ਗਏ ਤਾਂ ਆਪਾਂ ਦੁਬਾਰਾ ਯਾਦ ਕਰ ਲੈਨੇ ਕਿਉਂਕਿ ਦੋਸਤੋ ਕੁਝ ਚੀਜ਼ਾਂ ਐਦਾਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਆਪਾਂ ਦੁਬਾਰਾ ਯਾਦ ਕਰਦੇ ਹਾਂ ਦੁਬਾਰਾ ਸੁਣਨਾ ਚਾਹੁੰਦੇ ਹਾਂ ਠੀਕ ਉਸੇ ਤਰ੍ਹਾਂ ਕੁਝ ਫਿਲਮਾਂ ਵੀ ਐਦਾਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਦਾ ਅਸੀਂ ਪਾਰਟ 1 ਤਾਂ ਵੇਖ ਲਏ ਨੇ ਪਰ ਅਸੀਂ ਅਨ ਫਿਰ ਅਸੀਂ ਚਾਹੁੰਦੇ ਹਾਂ ਯਾਰ ਇਸ ਦਾ ਪਾਰਟ ਜਲਦੀ ਜਲਦੀ ਦਾ ਪਾਰਟ 2 ਬਣੇ ਸੋ ਬਹੁਤ ਸਾਰੀਆਂ ਫਿਲਮਾਂ ਉਸ ਫਿਲਮ ਦੇ ਪਾਰਟ 2 ਨੇ ਇੱਕ ਕਹਿ ਸਕਦੇ ਹਾਂ ਕਿ ਇਤਿਹਾਸ ਰਚਦਾ ਸੀਗਾ ਸਾਡੇ ਆਲੇ-ਦੁਆਲੇ ਦੀ ਸਾਡੀ ਇੱਕ ਸੱਚੀ ਜੀ ਕਹਾਣੀ ਨੂੰ ਇੱਕ ਵੱਡੇ ਪਰਦੇ ਤੇ ਵਿਖਾ ਕੇ ਬਿਲਕੁਲ ਜੀ ਮੈਂ ਗੱਲ ਕਰੂੰਗਾ ਜਿਸ ਫਿਲਮ ਦੀ ਅਨਾਉਂਸਮੈਂਟ ਹੋਈ ਆ ਉਹ ਇੱਕ ਵਾਰ ਫਿਰ ਲੋਕਡਾਊਨ ਦੀ ਝਾਤ ਸਾਨੂੰ ਇੱਕ ਫਿਲਮੀ ਰੂਪ ਦੇ ਵਿੱਚ ਵਿਖਾਏਗੀ ਫਿਲਮ ਦਾ ਨਾਮ ਹੈ ਜੀ ਗੋਲਕ ਬੁਗਨੀ ਬੈਂਕ ਤੇ ਬਟੂਆ ਪਾਰਟ 2 ਸੋ ਦੋਸਤੋ ਇਸ ਬਾਰੇ ਇਸ ਫਿਲਮ ਦੇ ਵਿੱਚ ਲੋਕਡਾਊਨ ਦਾ ਜ਼ਿਕਰ ਕੀਤਾ ਜਾਏਗਾ ਸੋ ਦੋਸਤੋ ਆਪਾਂ ਜੇ ਕੁਝ ਐਦਾਂ ਹੋਵੇ ਕਿ ਆਪਣੇ ਕੋਲੇ ਗੋਲਕ ਬੁਗਣੀ ਬੈਂਕ ਤੇ ਬਟੂਆ ਸਾਰਾ ਸਾਰਾ ਕੁਝ ਹੁੰਦੇ ਹੋਏ ਸਾਰਾ ਕੁਝ ਲੌਕ ਹੋ ਜੇ ਫਿਰ ਸਾਡੀ ਜ਼ਿੰਦਗੀ ਕਿਹੋ ਜਿਹੀ ਹੋਏਗੀ ਉਸ ਜ਼ਿੰਦਗੀ ਤੇ ਠੀਕ ਛਾਤ ਪਾਏਗੀ ਇਹ ਫਿਲਮ ਗੋਲਕ ਬੁਗਣੀ ਬੈਂਕ ਤੇ ਬਟੂਆ 파ਰਟ 2 ਸੋ ਦੋਸਤੋ ਇਸ ਪਹਿਲੇ ਦੇ 파ਰਟ ਬੰਦੀ ਗੱਲ ਕਰੀ ਤਾਂ ਉਸ ਦੇ ਵਿੱਚ ਨੋਟ ਬੰਦੀਆਂ ਜ਼ਿਕਰ ਕੀਤਾ ਗਿਆ ਸੀਗਾ ਸੋ ਇੱਕ ਐਸੇ ਖੂਬਸੂਰਤ ਤਰੀਕੇ ਨਾਲ ਜ਼ਿਕਰ ਕੀਤਾ ਗਿਆ ਸੀਗਾ ਕਿ ਨਾਲ-ਨਾਲ ਕਮੇਡੀ ਵੀ ਚੱਲਦੀ ਸੀ ਔਰ ਨਾਲ-ਨਾਲ ਇੱਕ ਸੱਚੀ ਕਹਾਣੀ ਵੀ ਸਾਡੇ ਨਾਲ-ਨਾਲ ਚੱਲ ਰਹੀ ਸੀ ਕਿ ਕੀ ਕੁਝ ਅਸੀਂ ਕੀ ਸੰਤਾਪ ਅਸੀਂ ਉਦੋਂ ਹੰਡਾਇਆ ਸੀਗਾ ਉਸ ਕਹਾਣੀ ਨੂੰ ਇੱਕ ਵੱਖਰੇ ਰੂਪ ਦੇ ਵਿੱਚ ਇੱਕ ਪਰਦੇ ਤੇ ਬਿਖਾਇਆ ਗਿਆ ਸੀ ਠੀਕ ਉਸੇ ਤਰ੍ਹਾਂ ਹੁਣ ਲਾਕਡਾਊਨ ਦੇ ਵਿੱਚ ਕੀ ਕੁਝ ਹੋਇਆਗਾ ਉਸ ਤਰੀਕੇ ਨੂੰ ਇਸ ਫਿਲਮੀ ਰੂਪ ਦੇ ਵਿੱਚ ਵਿਖਾਇਆ ਜਾਏਗਾ ਸੋ ਦੋਸਤੋ ਕਹਿ ਕਹਿ ਸਕਦੇ ਆ ਕਿ ਇਸ ਵਾਰ ਫੇਰ ਕਮਾਲ ਕਰਨਗੇ ਨੀਟਾ ਮਿਸ਼ਰੀ ਭੁੱਲਾ ਤੇ ਸਿੰਦੀ ਸੋ ਅਹਿਮ ਕਿਰਦਾਰ ਉਹਨਾਂ ਦੇ ਹੋਣਗੇ ਜਾਨੀ ਕਿ 10 ਫਰਵਰੀ ਨੂੰ ਫਿਲਮ ਨੇ ਰਿਲੀਜ਼ ਹੋ ਜਾਣਾ ਜੀ ਕਮਾਲ ਦੀ ਫਿਲਮ ਆ ਸਟਾਰ ਕਾਸਟ ਦਾ ਕਮਾਲ ਦੀ ਐ ਇਸ ਵਾਰ ਥੋੜਾ ਜਿਹਾ ਤੜਕਾ ਜਿਹੜਾ ਉਹ ਵੱਖਰਾ ਤੇ ਹੋਰ ਸਵਾਦਿਸ਼ਟ ਹੋਏਗਾ ਕਿਉਂਕਿ ਇਸ ਵਾਰ ਸਟਾਰ ਕਾਸਟ ਕੁਝ ਹੋਰ ਵੀ ਨਵੇਂ ਚਿਹਰੇ ਇਸ ਫਿਲਮ ਵਿੱਚ ਲੱਤੇ ਗਏ ਨੇ ਜਿਨ੍ਹਾਂ ਦਾ ਚਿਹਰਾ ਵੇਖ ਕੇ ਅਸੀਂ ਆਪ ਮੁਹਾਰੇ ਅਸੀਂ ਹਸਪੰਦੇ ਹਾਂਗੇ ਇੱਕ ਦਿਗਜ ਕਮੇਡੀਅਨ ਨੇ ਸਾਡੇ ਦੂਜੇ ਪੰਜਾਬ ਦੇ ਬਿਲਕੁਲ ਤੁਸੀਂ ਇਹ ਸਾਰਾ ਸਮਝ ਹੀ ਗਏ ਹੋਮੇਗੇ ਸੋ ਦੋਸਤੋ ਹੁਣ ਆਪਾਂ ਕਹਾਣੀ ਦੀ ਸਟਾਰ ਕਾਸਟ ਬਾਰੇ ਕੁਝ ਝਾਤ ਪਾਉਣੀ ਆ ਸਾਨੂੰ ਦੱਸ ਦਿਆਂ ਕਿ ਇਸ ਵਾਰ ਫਿਲਮ ਦੇ ਵਿੱਚ ਕਿਹੜੇ ਕਿਹੜੇ ਚਿਹਰੇ ਸਾਨੂੰ ਨਜ਼ਰ ਆਉਣਗੇ ਅਮਰਿੰਦਰ ਗਿੱਲ ਹਰੀਸ਼ ਬਰਮਾ ਸਿਮੀ ਚਾਹਲ ਅਦਿੱਤੀ ਸ਼ਰਮਾ ਗੁਰਸ਼ਬਦ ਜਸਵਿੰਦਰ ਪੱਲਾ ਬੀ ਐਨ ਸ਼ਰਮਾ ਨਾਸਰ ਚਣਯੋਟੀ ਤੇ ਜਫਰੀ ਖਾਨ ਤੇ ਅਨੀਤਾ ਦੇਵਗਨ ਸੋ ਦੋਸਤੋ ਜਿੱਦਾਂ ਕਿ ਤੁਹਾਨੂੰ ਮੈਂ ਦੱਸਿਆ ਕਿ ਦੋ ਚਿਹਰੇ ਯਾਨੀ ਕਿ ਨਾਸਰ ਚਨੇਉਟੀ ਤੇ ਜਫਰੀ ਖਾਨ ਜੀ ਜਿਨ੍ਹਾਂ ਨੂੰ ਕਿ ਆਪਾਂ ਚੱਲ ਮੇਰਾ ਪੁੱਤ ਵਰਗੀਆਂ ਸੁਪਰ ਡੂਪਰ ਹਿੱਟ ਫਿਲਮਾਂ ਦੇ ਵਿੱਚ ਆਪਾਂ ਵੇਖ ਹੀ ਚੁੱਕੇ ਆ ਸੋ ਇਸ ਫਿਲਮ ਦੇ ਵਿੱਚ ਵੀ ਉਹਨਾਂ ਦੀ ਅਦਾਕਾਰੀ ਬਹੁਤ ਖਾਸ ਹੋਏਗੀ ਸੋ ਉਹਨਾਂ ਦੇ ਆਉਣ ਨਾਲ ਇਹ ਤੁਹਾਡਾ ਅਨੁਮਾਨ ਹੈ ਕਿ ਇਹ ਫਿਲਮ ਦਾ ਕੁਝ ਹਿੱਸਾ ਜਿਹੜਾ ਉਹ ਬਾਹਰ ਵੀ ਸ਼ੂਟ ਹੋ ਸਕਦਾ ਔਰ ਕੁਝ ਹਿੱਸਾ ਇਹਦਾ ਪੰਜਾਬ ਦੇ ਵਿੱਚ ਵੀ ਸ਼ੂਟ ਹੋ ਸਕਦਾ ਫਿਰ ਦੋਸਤੋ ਇਹ ਸਾਡਾ ਹਲੇ ਅਨੁਮਾਨ ਆ ਸੋ ਕਹਿ ਸਕਦਾ ਕਿ ਜਿਸ ਤਰੀਕੇ ਦੇ ਨਾਲ ਕਹਾਣੀ ਆ ਜਿਸ ਤਰੀਕੇ ਦੇ ਨਾਲ ਕਹਾਣੀ ਦਾ ਫਸਟ ਲੁੱਕ ਰਿਲੀਜ਼ ਕੀਤੀ ਗਈ ਆ ਸੋ ਇਹ ਤਾਂ ਸਾਨੂੰ ਕਲੀਅਰ ਹੋ ਹੀ ਚੁੱਕਿਆ ਕਿ ਇਹ ਫਿਲਮ ਲਾਕਡਾਊਨ ਦੇ ਆਧਾਰਿਤ ਤੇ ਹੋਏਗੀ ਕਮਾਲ ਦੀ ਕਹਾਣੀ ਹੋਏਗੀ ਸੋ ਦੋਸਤੋ ਇਸ ਕਹਾਣੀ ਨੂੰ ਬਹੁਤ ਹੀ ਖੂਬਸੂਰਤ ਸ਼ਬਦਾਂ ਦੇ ਵਿੱਚ ਲਿਖਿਆ ਜੀ ਰਕੇਸ਼ ਧਾਵਨ ਹੋਰਾਂ ਨੇ ਉਹਨਾਂ ਦੀ ਲਿਖਤ ਤਾਂ ਬਾ ਕਮਾਲ ਦੀ ਹੈ ਕਿ ਉਹਨਾਂ ਦੀ ਲਿਖਤ ਦੇ ਵਿੱਚ ਇੱਕ ਐਦਾਂ ਦਾ ਲੈਜਾ ਹੁੰਦਾ ਕਿ ਉਹ ਸੱਚੀ ਕਹਾਣੀ ਨੂੰ ਇੱਕ ਕਮੇਟੀ ਦੇ ਰੂਪ ਦੇ ਵਿੱਚ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਵਿਖਾ ਦਿੰਦੇ ਨੇ ਸੋ ਇਸ ਫਿਲਮ ਨੂੰ ਡਾਇਰੈਕਟ ਕੀਤਾ ਜੀ ਜਨਜੋਤ ਹੋਰਾਂ ਨੇ ਜਿੰਦਾਂ ਨੇ ਕਿ ਬਹੁਤ ਕਮਾਲ ਦੀਆਂ ਸੁਪਰ ਡੂਪਰ ਹਿੱਟ ਫਿਲਮਾਂ ਨੂੰ ਡਾਇਰੈਕਟ ਕੀਤਾ ਚਾਹੇ ਉਹ ਚੱਲ ਮੇਰਾ ਪੁੱਤ ਬੰਦੀ ਗੱਲ ਕਰੀਏ 2 ਦੀ ਗੱਲ ਕਰੀਏ 3 ਦੀ ਗੱਲ ਕਰੀਏ ਸੋ ਕਹਿ ਸਕਦਾ ਕਿ ਉਹ ਕਮਾਲ ਦੀ ਡਾਇਰੈਕਸ਼ਨ ਹੁੰਦੀ ਹੈ ਉਹਨਾਂ ਦੀ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਪ੍ਰੋਇਆਗਾ ਇਸ ਲੜੀ ਦੇ ਵਿੱਚ ਇਸ ਫਿਲਮ ਨੂੰ ਸੋ ਦੋਸਤੋ ਉੱਥੇ ਹੀ ਗੱਲ ਕਰ ਲੈਨੇ ਆ ਇਸ ਫਿਲਮ ਦੇ ਪ੍ਰੋਡਿਊਸਰ ਕਿਉਂਕਿ ਪ੍ਰੋਡਿਊਸਰ ਹੁੰਦੇ ਨੇ ਜਿਹੜੀਆਂ ਬਹੁਤ ਚੰਗੀਆਂ ਬਹੁਤ ਪਿਆਰੀਆਂ ਕਹਾਣੀਆਂ ਨੂੰ ਇੱਕ ਫਿਲਮੀ ਰੂਪ ਦੇ ਵਿੱਚ ਸਾਡੇ ਰੂਬਰੂ ਕਰਦੇ ਆ ਉਹ ਐਮ ਹਿੱਸਾ ਹੁੰਦਾ ਪ੍ਰੋਡਿਊਸਰ ਸੋ ਦੋਸਤੋ ਦੱਸ ਦੇਣਾ ਕਿ ਇਸ ਫਿਲਮ ਦੇ ਪ੍ਰੋਡਿਊਸਰ ਨੇ ਜੀ ਕਾਰਜ ਗਿੱਲ ਜੀ ਤੇ ਆਸ਼ੂ ਮਨੀਸ਼ ਸਾਨੀ ਜੀ ਸੋ ਦੋਸਤੋ ਉੱਥੇ ਹੀ ਦੱਸ ਦਿੰਦੇ ਆ ਕਿ ਇਸ ਫਿਲਮ ਨੂੰ ਰਿਦਮ ਬੁਆਇਜ਼ ਐਂਟਰਟੇਨਮੈਂਟ ਤੇ ਓਮ ਦੀ ਸਟਾਰ ਸਟੂਡੀਓ ਐਂਡ ਗਿਲਜ਼ ਨੈਟਵਰਕ ਦੇ ਵੱਲੋਂ ਪ੍ਰੈਜੈਂਟ ਕੀਤਾ ਜਾਣਾ ਡੇਟ ਆਪਾਂ ਤੁਹਾਡੇ ਨਾਲ ਸਾਂਝੀ ਕਰ ਹੀ ਲਈ ਕਿ ਇਹ ਫਿਲਮ 10 ਫਰਵਰੀ 2023 ਨੂੰ ਰਿਲੀਜ਼ ਹੋਏਗੀ ਫਿਰ ਸਿਨੇਮਾ ਦੇ ਵਿੱਚ ਰੌਣਕਾਂ ਲੱਗਣਗੀਆਂ ਸੋ ਦੋਸਤੋ ਜੇ ਫਸਟ ਲੁੱਕ ਦੇਖੀ ਮੇਰੀ ਤਾਂ ਬਹੁਤ ਐਕਸਾਈਟਮੈਂਟ ਹੋ ਗਈ ਇਸ ਫਿਲਮ ਨੂੰ ਵੇਖਣ ਦੇ ਲਈ ਸੋ ਬਹੁਤ ਇੱਛੁਕ ਆ ਕਿ ਜਲਦੀ ਜਲਦੀ ਇਸ ਫਿਲਮ ਦਾ ਟ੍ਰੇਲਰ ਆ ਜਿਹੜਾ ਉਹ ਰਿਲੀਜ਼ ਹੋਵੇ ਤਾਂ ਕਿ ਅਸੀਂ ਇਸ ਫਿਲਮ ਦੀ ਫਿਲਮ ਦੇ ਨਾਲ ਪਹਿਲਾਂ ਤੋਂ ਹੀ ਜੁੜ ਜਾਈਏ ਜਦੋਂ ਜਦੋਂ ਦੋਸਤੋ ਟ੍ਰੇਲਰ ਰਿਲੀਜ਼ ਹੁੰਦਾ ਸੀ ਨਾ ਫਿਲਮ ਦਾ ਉਦੋਂ ਹੀ ਜੁੜ ਜਾਂਦੇ ਆ ਸੋ ਕਹਿ ਸਕਦੇ ਹਾਂ ਕਿ ਕਮਾਲ ਦੀ ਫਿਲਮ ਆ ਜੀ 10 ਫਰਵਰੀ ਨੂੰ ਰੌਣਕਾਂ ਲੱਗਣਗੀਆਂ ਦੁਬਾਰਾ ਫੇਰ ਆਪਾਂ ਮਾਣਾਂਗੇ ਲੌਕਡਾਊਨ ਦਾ ਆਨੰਦ